ਹੁਣੇ ਇੱਕ ਬਹੁਤ ਦੁਖਦਾਈ ਘਟਨਾ ਵਾਪਰੀ ਹੈ ਤੇ ਖਬਰ ਆਈ ਹੈ ਕਿ 20 ਸਾਲ ਦਾ ਇੱਕ ਬੱਚਾ ਹਰਮਨ ਜੀ ਦਾ ਨਾਂ ਹੈ ਕੋਟ ਭਾਈ ਪਿੰਡ ਹੈ ਗਿੱਦੜਵੇ ਹਲਕੇ 'ਚ ਉਹਨੂੰ ਗੈਂਗਸਟਰਾਂ ਨੇ ਕਤਲ ਕਰ ਦਿੱਤਾ ਪਿਛਲੇ 15 ਦਿਨਾਂ ਤੋਂ ਉਹਨੂੰ ਕਿਡਨੈਪ ਕੀਤਾ ਸੀ ਤੇ 30 ਲੱਖ ਰੁਪਏ ਉਸ ਪਰਿਵਾਰ ਤੋਂ ਮੰਗ ਰਹੀ ਸੀ ਮੈਂ DGP ਨਾਲ IG ਨਾਲ SSP ਨਾਲ ਹਰ ਜਗ੍ਹਾ ਤੇ ਮੈਂ ਗੱਲ ਕੀਤੀ ਕਿ ਮੇਰੇ ਬੱਚੇ ਨੂੰ ਪਿਛੜਾਓ ਆ ਕੋਈ ਅਮੀਰ ਪਰਿਵਾਰ ਨਹੀਂ ਸੀ ਇੱਕ ਗਰੀਬ ਪਿੰਡ ਦਾ ਪਰਿਵਾਰ ਹੈ ਜਿਹਦੇ ਕੋਲ ਇਕੱਲੀ 7 ਏਕੜ ਜ਼ਮੀਨ ਹੈ ਦੇਖੋ ਆਹ ਹਾਲਾਤ ਪੰਜਾਬ ਦੀ ਬਣ ਗਈ ਕਿ ਜਿਹੜੇ ਗੈਂਗਸਟਰ ਹੈ ਅਮੀਰਾਂ ਨੂੰ ਤਾਂ ਛੱਡ ਹੀ ਨਹੀਂ ਰਹੇ ਹੁਣ ਗਰੀਬਾਂ ਮਗਰ ਵੀ ਪੈ ਗਿਆ ਜਿਹੜੇ 7 ਏਕੜ ਦਾ ਜ਼ਮੀਨ ਕੱਚਾ ਘਰ ਹੈ 7 ਕਿੱਲੇ ਹੈ ਉਦੋਂ 30 ਲੱਖ ਮੰਗੋ ਵਿਚਾਰੇ ਕਿੱਥੋਂ ਦੇਣਗੇ ਹਾਲਾਤ ਇੰਨੀ ਵਿਗੜ ਗਈ ਪੰਜਾਬ 'ਚ ਅੱਜ ਗੁੰਡਾਗਰਦੀ ਦਾ ਰਾਜ ਹੈ ਗੈਂਗਸਟਰ ਮੁੱਖ ਮੰਤਰੀ ਹੈ ਸਹੀ ਮਿਣਦੇ ਉਹ ਰਾਜ ਕਰ ਰਿਹਾ ਕਿਹਨੂੰ ਮਾਰਨਾ ਕਿਹਨੂੰ ਰੱਖਣਾ ਕਿਤੋਂ ਕੀਰ ਕਰਨਾ ਕਿਤੋਂ ਕਿੱਥੋਂ ਲੁੱਟਣਾ ਉਹ ਫੈਸਲਾ ਕਰ ਰਿਹਾ ਪੁਲਿਸ ਤਾਂ ਨਾਕਾਮ ਹੋ ਗਈ ਹੈ ਕਿਉਂਕਿ ਮੁੱਖ ਮੰਤਰੀ ਜਿਹੜਾ ਸੂਬੇ ਦਾ ਮੁਖੀ ਹੁੰਦਾ ਹੈ ਸਭ ਤੋਂ ਨਿਕੰਮਾ ਨਖਿੱਧ ਸਾਬਤ ਹੋਇਆ ਇਸ ਕਰਕੇ ਮੈਂ ਸਾਰੇ ਪੰਜਾਬੀਆਂ ਨੂੰ ਬੇਨਤੀ ਕਰਦਾ ਆਪਾਂ ਕੋਈ ਨਾ ਕੋਈ ਇਕੱਠੇ ਹੋ ਕੇ ਇਹਦਾ ਹੱਲ ਲੱਭਣ ਦੀ ਲੋੜ ਹੈ ਕਿਉਂਕਿ ਜੈ ਜੀ ਹਾਲਾਤ ਹੋ ਗਈ ਹੈ ਮੈਂ ਨਕੋਦਰ ਵੀ ਗਿਆ ਮੈਂ ਲੁਧਿਆਣੇ ਵੀ ਗਿਆ ਮੈਂ ਜਲੰਧਰ ਵੀ ਗਿਆ ਮੈਂ ਅੰਮ੍ਰਿਤਸਰ ਵੀ ਗਿਆ ਮੈਂ ਛੋਟੀ ਮੰਡੀਆਂ 'ਚ ਵੀ ਗਿਆ ਵਪਾਰੀਆਂ ਨੂੰ ਮਿਲਿਆ ਹਰ ਸ਼ਹਿਰ ਵਿੱਚ 50-100-200 ਬੰਦਿਆਂ ਨੂੰ ਫਰੌਤੀਆਂ ਦੇ ਟੈਲੀਫੋਨ ਆ ਗਏ ਆ ਵਿਚਾਰੇ ਦੇ ਵੀ ਰਹੇ ਆ ਜੇ ਕੰਮ ਨਾ ਰੁਕਿਆ ਨਾ ਇੱਥੇ ਪੰਜਾਬ 'ਚ ਇੰਡਸਟਰੀ ਰਹਿਣੀ ਹੈ ਨਾ ਇੱਥੇ ਕੋਈ ਵਪਾਰੀ ਨੇ ਰਹਿਣਾ ਹੈ ਸਾਰਿਆਂ ਨੇ ਇੱਥੋਂ ਭੱਜ ਰਿਹਾ ਮੈਂ ਨਕੋਦਰ ਗਿਆ ਸੀ ਉਹ ਪਰਿਵਾਰ ਕਹਿੰਦਾ ਜੀ ਅਸੀਂ ਤਾਂ ਘਰ ਛੱਡਣ ਨੂੰ ਤਿਆਰ ਹਾਂ ਪੰਜਾਬ ਛੱਡਣ ਨੂੰ ਤਿਆਰ ਹੈ ਕੀ ਆਪਾਂ ਪੰਜਾਬ ਨੂੰ ਬਚਾ ਲਾਂਗੇ ਇਸ ਕਰਕੇ ਮੈਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਬੇਨਤੀ ਵੀ ਕਰਨਾ ਚਾਹੁੰਦਾ ਅਤੇ ਚੇਤਾਵਨੀ ਵੀ ਦੇਣਾ ਚਾਹੁੰਦਾ ਕਿ ਮੁੱਖ ਮੰਤਰੀ ਦੀ ਜ਼ਿੰਮੇਵਾਰੀ ਹੈ ਤੁਹਾਨੂੰ 92 ਸੀਟਾਂ ਦੇ ਕੇ ਪੰਜਾਬ ਦੀ ਜਨਤਾ ਨੇ ਜਿਤਾਇਆ ਸਰਕਾਰ ਬਣਾਈ ਹੈ ਪਰ ਤੁਸੀਂ ਹਲੇ ਵੀ ਸੀਰੀਅਸਲੀ ਨਹੀਂ ਸਿਚੁਏਸ਼ਨ ਨੂੰ ਲੈ ਰਹੇ ਇਹ ਜਿਹੀ ਗੱਲਾਂ ਕਰ ਰਹੇ ਹੋ ਜਿਹਦਾ ਕੋਈ ਮਤਲਬ ਨਹੀਂ ਹੈ ਇਸ ਕਰਕੇ ਮੈਂ ਪੰਜਾਬੀਆਂ ਨੂੰ ਅਪੀਲ ਕਰਦਾ ਇਕੱਠੇ ਹੋਈਏ ਸਾਰੀਆਂ ਪਾਰਟੀਆਂ ਇਕੱਠੇ ਹੋਈਏ ਜੇ ਪੰਜਾਬ ਨੂੰ ਬਚਾਉਣਾ ਹੈ ਇਹਦੇ 'ਚ ਕੋਈ ਸਿਆਸਤ ਨਹੀਂ ਹੋਣੀ ਚਾਹੀਦੀ ਆਹ ਏਜੰਡਾ ਪੰਜਾਬ ਨੂੰ ਬਚਾਉਣ ਦਾ ਜੇ ਸਾਰੀ ਓਪੋਜੀਸ਼ਨ ਪਾਰਟੀ ਵੀ ਇਕੱਠੀ ਹੋ ਜਾਵਾਂਗੇ ਤਾਂ ਇਸ ਸਰਕਾਰ ਨੂੰ ਨਿਕੰਮੀ ਨਖਿੱਧ ਨਲਾਇਕ ਸਰਕਾਰ ਨੂੰ ਕੁਛ ਨਾ ਕੁਛ ਕਰਨਾ ਪੈਣਾ ਹੈ।